महफिल टीवी देख रहे मेरे सारे दर्शकानों, मेरे वालों यानी कि अमनदीप कौर हंस वालों, वाहिगुरु जी का खालसा, वाहिगुरु जी की फतेह। मैं लैके हाजिर हुई हाँ जी प्रोग्राम रबाब तो नगारे तक का सफ़र, जिस दे विच असीं गुरमत विचार करते हाँ जी, गुरबाणी विचार करते हाँ जी। जेकर तुसी भी इस प्रोग्राम दे विच हिस्सा लेना चाहते हो तो तुसी सानू संपर्क कर सकते हो स्टूडियो नंबर ते, या तुसी संपर्क कर सकते हो जी मेरे नंबर ते। मेरा नंबर है जी 416-846-9260। मैं फिर अपना नंबर दोबारा बोल दी हाँ जी 416-846-9260। तुसी कोई भी प्रोग्राम के प्रति सुझाव देना होए या तुसी प्रोग्राम दे विच हिस्सा लेना होए तो तुसी सानू संपर्क कर सकते हो जी। तुसी मेरे नंबर पर संपर्क कर सकते हो या तुसी स्टूडियो नंबर पर संपर्क कर सकते हो जी। पिछले प्रोग्राम दे विच असी विचार किया सी, गल की सी, जो साडा विशा सी ओ सी मन तू जोत स्वरूप है। अज जो साढ़े प्रोग्राम का विषय है वो है जी सलीका अते सिक्ख्या। सिक्ख्या अते सलीका दोनों साढ़े जीवन दे विच की महत्ता रखते हैं। सत पुरख जिन जानिया सतगुर तिसका नाओ, तिसकै संग सिख उदरै नानक हर गुण गाओ। सलीका अते सिक्ख्या दोनों ही साढ़े जिहड़ी जुबान दे दो पहलू हैगे ने। सलीका जितों असीं अपने जुबान तो कई वारी वर्ड्स जिहड़े आ किसी की उस्तत लई वरतदे आ जां किसी की निंदिया जां असीं किसी नाल किस तरह का बिहेव करदे आ उहनूं असीं सलीका वर्ड कह के जिहड़ा आ जाणदे आ, है ना। सिक्ख्या जो असीं किसी भी मतलब किसी भी विशे च असीं सिक्ख्या लईए, जो साडी सिक्ख्या आ जिहदे नाल असीं दूसरिआं प्रति अपना सलीका अपनी जुबान दे वर्ड यूज़ करके अपनी सिक्ख्या जिहड़ी आ उहनां दे अगे पेश करदे आ। सिक्ख्या जरूरी नहीं हुंदी कि जो असीं ज्ञान लिया आ उसनों उस दे आधार ते सिक्ख्या हुंदी है। सिक्ख्या साडे कोल साडे तजर्बे दे अधीन वी हुंदी आ। सानू बहुत कुछ जिवें सानू दुनियावी आपां जदों लोकां चों विचरदे आ ते सानू उहनां तों वी बहुत सारी सिक्ख्या जिहड़ी आ उह मिलदी आ, ते असीं उही सिक्ख्या नाल अपने अगे दी जिहड़ी जीवन आ जिंदगी आ जिहड़ी उह सिक्ख्या दे आधार ते ही असीं दूसरिआं नाल वी बतीत करदे आ, उस तरहां दा ही वरतारा जिहड़ा असीं बतीत करदे आ। सो मैं तुहानूं अज इक कहानी सुणाउनी आ कि एक वारी की हुंदा आ कि एक मुसाफिर हुंदा आ ਉਹ ਜਾ ਰਿਹਾ ਹੁੰਦਾ ਆ, ਅਤੇ ਪਿਛਲੇ ਸਮਿਆਂ ਦੇ ਵਿੱਚ ਕੀ ਹੁੰਦਾ ਕਿ ਜਦੋਂ ਮੁਸਾਫਰ ਜਾਂਦਾ ਤਾਂ ਪੈਦਲ ਯਾਤਰਾ ਹੀ ਉਹਨੂੰ ਕਰਨੀ ਪੈਂਦੀ ਹੁੰਦੀ ਸੀ, ਕੋਈ ਇੰਨੇ ਸਾਧਨ ਜਿਹੜੇ ਸੀ ਆਵਾਜਾਈ ਦੇ ਨਹੀਂ ਸਨ। ਅਤੇ ਕੀ ਹੋਇਆ ਕਿ ਉਹ ਇੱਕ ਮੁਸਾਫਰ ਜਾ ਰਿਹਾ ਸੀ, ਇੱਕ ਪਿੰਡ ਖੇੜੇ 'ਚੋਂ ਨਿਕਲ ਰਿਹਾ ਸੀ। ਪਿੰਡ 'ਤੇ ਉਹਨੂੰ ਜਾਂਦੇ ਜਾਂਦੇ ਰਸਤੇ ਜਿੱਥੇ ਉਹਨੇ ਮੰਜ਼ਿਲ 'ਤੇ ਪਹੁੰਚਣਾ ਸੀ, ਉੱਥੇ ਪਹੁੰਚਦੇ ਪਹੁੰਚਦੇ ਉਸਨੂੰ ਮਤਲਬ ਕਿ ਇੰਨਾ ਜ਼ਿਆਦਾ ਸਮਾਂ ਲੱਗ ਗਿਆ ਕਿ ਰਾਤ ਦਾ ਹਨੇਰਾ ਉਹਦੇ ਸਿਰ 'ਤੇ ਆ ਗਿਆ। ਸੋ ਉਹਨੇ ਸੋਚਿਆ ਕਿ ਮੈਂ ਇੱਥੇ ਕਿਸੇ ਇੱਧਰ ਉੱਧਰ ਦੇਖ ਕੇ, ਹੈ ਨਾ, ਵੀ ਕਿਸੇ ਦੀ ਮਦਦ ਲੈਂਦਾ ਆ ਜਾਂ ਮੈਂ ਕਿਸੇ ਦੇ ਘਰ ਰਾਤ ਰੁਕ ਜਾਂਦਾ ਆ, ਅਗਲੇ ਦਿਨ ਮੈਂ ਦੁਬਾਰਾ ਆਪਣੀ ਮੰਜ਼ਿਲ ਵੱਲ ਚੱਲ ਪਵਾਂਗਾ। ਸੋ ਇਸੇ ਤਰ੍ਹਾਂ ਹੋਇਆ ਕਿ ਉਹਨੇ ਜਦੋਂ ਇੱਧਰ ਉੱਧਰ ਦੇਖਿਆ, ਥੋੜ੍ਹੀ ਦੂਰੀ 'ਤੇ ਜਾ ਕੇ ਉਹਨੂੰ ਇੱਕ ਘਰ ਦਿਸਿਆ, ਅਤੇ ਘਰ ਦੇ ਵਿੱਚ ਜਾਣ ਦੀ ਉਹਨੇ ਮਤਲਬ ਕਿ ਸੋਚੀ ਕਿ ਮੈਂ ਇਸ ਘਰ ਦੇ ਵਿੱਚ ਰਾਤ ਨੂੰ ਜਿਹੜਾ ਆਪਣਾ ਠਹਿਰਾਵ ਇੱਥੇ ਕਰ ਲੈਂਦਾ ਆ, ਹੈ ਨਾ। ਸੋ ਜਦੋਂ ਉਹ ਘਰ ਦੇ ਵਿੱਚ ਗਿਆ, ਉਹਨੇ ਦਰਵਾਜ਼ਾ ਖੜਕਾਇਆ, ਅਤੇ ਉਹ ਘਰ ਜਿਹੜਾ ਸੀ ਉਹ ਪਿੰਡ ਦੀ ਇੱਕ ਵਿਧਵਾ ਔਰਤ ਦਾ ਘਰ ਸੀਗਾ। ਕੀ ਹੋਇਆ ਕਿ ਜਦੋਂ ਉਹਨੇ ਕੁੰਡਾ ਖੜਕਾਇਆ, ਉਹ ਜਿਹੜੀ ਮਤਲਬ ਕਿ ਲੇਡੀ ਸੀਗੀ, ਜਿਹੜੀ ਮਾਈ ਸੀਗੀ, ਉਹਨੇ ਉਹਨੂੰ ਘਰ ਦੇ ਅੰਦਰ ਬੁਲਾਇਆ, ਉਹਦੇ ਤੋਂ ਪੁੱਛਿਆ ਕਿ ਹਾਂ ਵੀ ਤੂੰ ਕਿੱਥੇ ਜਾਣਾ ਆ, ਕਿਵੇਂ ਜਾਣਾ ਆ, ਹੈ ਨਾ। ਉਹਨੂੰ ਦੱਸਿਆ ਕਿ ਵੀ ਮੇਰੇ ਕੋਲ ਤਾਂ ਬਸ ਇੰਨੇ ਜੇ ਚਾਵਲ ਹੈਗੇ ਆ, ਅਤੇ ਇਹ ਚਾਵਲ ਰਿੰਨ ਕੇ ਮੈਂ ਤੈਨੂੰ ਖਵਾ ਦਿੰਦੀ ਤਾਂ ਕਿ ਤੈਨੂੰ ਜਿਹੜੀ ਭੁੱਖ ਲੱਗੀ ਤੇਰੀ ਭੁੱਖ ਮਿਟੂਗੀ, ਰਾਤ ਤੂੰ ਇੱਥੇ ਗੁਜ਼ਾਰ, ਸਵੇਰੇ ਤੂੰ ਆਪਣੀ ਮੰਜ਼ਿਲ ਵੱਲ ਫਿਰ ਤੁਰ ਪਈ। ਸੋ ਮਾਈ ਨੇ ਉਹਦੀ ਮਦਦ ਕੀਤੀ, ਹੈ ਨਾ। ਉਹਨੇ ਕੀ ਕੀਤਾ ਕਿ ਉਹਨੂੰ ਚਾਵਲ ਰਿੰਨ ਕੇ ਦਿੱਤੇ, ਉਹਦੇ ਕੋਲ ਇੱਕ ਮੱਝ ਸੀ, ਉਹਨੇ ਮੱਝ ਦਾ ਦੁੱਧ ਜਿਹੜਾ ਉਹਨੂੰ ਚੋ ਕੇ ਉਹਨੂੰ ਉਹ ਪਿਆਇਆ ਕਿ ਹਾਂ ਵੀ ਇਹ ਬਹੁਤ ਥੱਕਿਆ ਟੁੱਟਿਆ ਹੋਏਗਾ, ਇਹਨੂੰ ਭੁੱਖ ਲੱਗੀ ਹੋਏਗੀ, ਪਤਾ ਨਹੀਂ ਕਦੋਂ ਦਾ ਇਸਨੇ ਖਾਧਾ ਪੀਤਾ ਹੋਏਗਾ। ਉਹਨੇ ਉਸਨੂੰ ਖਿਲਾਇਆ ਮੁਸਾਫਿਰ ਨੂੰ। ਫਿਰ ਕੀ ਹੈ ਕਿ ਜਦੋਂ ਉਸਨੇ ਮੁਸਾਫਰ ਨੂੰ ਦੁੱਧ ਦਿੱਤਾ, ਚੌਲ ਜਿਹੜੇ ਉਹ ਰਿੰਨ ਕੇ ਦਿੱਤੇ, ਅਤੇ ਉਸ ਮੁਸਾਫਰ ਨੇ ਉਹਦੀ ਮਦਦ ਦੀ ਅੱਗੋਂ ਸ਼ੁਕਰਾਨਾ ਕਰਨ ਦੀ ਬਜਾਏ ਉਹਨੂੰ ਅੱਗੋਂ ਇਹ ਚੀਜ਼ ਕਹਿਤੀ ਕਿ ਵੀ ਮਾਈ ਜੇ ਤੇਰੀ ਇਹ ਮੱਝ ਮਰ ਜਾਏ ਤਾਂ ਫਿਰ ਤੂੰ ਕੀ ਕਰੇਂਗੀ, ਹੈ ਨਾ। ਉਸ ਮਾਈ ਨੂੰ ਇੰਨਾ ਉਹਦੇ 'ਤੇ ਗੁੱਸਾ ਆਇਆ, ਉਹਨੇ ਮਤਲਬ ਕਿ ਉਹ ਗੁੱਸਾ ਉਹਦੇ ਅੱਗੇ ਜ਼ਾਹਰ ਨਹੀਂ ਕੀਤਾ, ਪਰ ਆਪਣੇ ਦਿਲ 'ਚ ਰੱਖਿਆ, ਉਹਨੂੰ ਮਤਲਬ ਕਿ
ਖਤਮ ਕਰਤਾ ਉੱਥੇ ਕਿ ਵੀ ਕਈ ਵਾਰੀ ਬੰਦਾ ਇੰਨਾ ਥੱਕਿਆ ਟੁੱਟਿਆ ਹੁੰਦਾ ਆ ਅਤੇ ਨਿਕਲ ਜਾਂਦਾ ਆ ਮੂੰਹ ਤੋਂ, ਹੈ ਨਾ। ਉਹਨੇ ਉਸ ਚੀਜ਼ ਨੂੰ ਉੱਥੇ ਹੀ ਛੱਡਤਾ। ਫਿਰ ਉਹਨੇ ਕੀ ਕੀਤਾ ਕਿ ਦੁਬਾਰਾ ਉਹਨੂੰ ਜਦੋਂ ਉਹ ਚੌਲ ਦਿੱਤੇ, ਹੈ ਨਾ, ਉਹ ਕੰਮ ਕਰ ਰਹੀ ਸੀਗੀ ਚੌਲ, ਫਿਰ ਦੁਬਾਰਾ ਉਹਨੇ ਰਿੰਨ ਕੇ ਜਦੋਂ ਉਹਨੂੰ ਦਿੱਤੇ, ਅਤੇ ਉਹਨੇ ਨਾ ਮਾਈ ਨੂੰ ਇਹ ਕਿਹਾ ਕਿ ਮਾਈ ਤੂੰ ਇਕੱਲੀ ਰਹਿੰਦੀ ਆ? ਮਾਈ ਨੇ ਕਿਹਾ ਨਹੀਂ ਮੈਂ ਇਕੱਲੀ ਨਹੀਂ ਰਹਿੰਦੀ, ਮੇਰੇ ਨਾਲ ਮੇਰਾ ਇੱਕ ਪੁੱਤਰ ਆ, ਜਵਾਨ ਆ, ਜੋ ਕਿ ਮੇਰੀ ਮਦਦ ਕਰਦਾ ਆ, ਕੰਮ 'ਤੇ ਜਾਂਦਾ ਆ ਅਤੇ ਮੇਰੀ ਸਹਾਇਤਾ ਕਰਦਾ ਆ ਘਰ ਨੂੰ ਅੰਨ ਪਾਣੀ ਨੂੰ ਚਲਾਉਣ ਵਿੱਚ। ਫਿਰ ਕੀ ਹੈ ਕਿ ਉਹ ਇਨਸਾਨ ਨੇ ਬਿਨਾਂ ਸੋਚੇ ਸਮਝੇ ਫਿਰ ਅੱਗੋਂ ਇਹ ਗੱਲ ਕਹਿਤੀ ਕਿ ਮਾਈ ਜੇ ਤੇਰੇ ਪੁੱਤਰ ਨੂੰ ਕੁਛ ਹੋ ਜਾਏ ਫਿਰ ਤੂੰ ਇਕੱਲੀ ਰਹੇਂਗੀ, ਤੂੰ ਕਿਵੇਂ ਰਹੇਂਗੀ, ਹੈ ਨਾ। ਫਿਰ ਉਸ ਟਾਈਮ ਮਾਈ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਕੀ ਕੀਤਾ ਕਿ ਜਿਹੜੇ ਉਹ ਚੌਲ ਉਹਦੇ ਖਾਣ ਵਾਸਤੇ ਬਣਾਏ ਸੀ ਨਾ, ਉਹ ਸਾਰੇ ਚੌਲ ਦੇ ਚੌਲ ਸਾਰਾ ਕੁਛ ਨਾ ਉਹਦੇ ਉੱਤੇ ਮਤਲਬ ਉਹਨੇ ਡੋਲਤਾ, ਹੈ ਨਾ, ਅਤੇ ਉਹਨੂੰ ਘਰੋਂ ਕੱਢਤਾ ਕਿ ਹਾਂ ਵੀ ਤੂੰ ਇੰਨੀ ਮੈਂ ਅਤੇ ਮੈਂ ਤੇਰੀ ਮਦਦ ਕਰ ਰਹੀ ਹਾਂ, ਤੂੰ ਐਂ ਬੋਲ ਰਿਹਾ, ਅਤੇ ਫਿਰ ਨਿਕਲ, ਹੈ ਨਾ। ਉਹ ਨਿਕਲ ਗਿਆ, ਰਸਤੇ 'ਚ ਜਾ ਰਿਹਾ ਸੀਗਾ, ਜਾਂਦੇ ਜਾਂਦੇ ਉਹ ਕਰਾਹੀ ਨੇ ਉਹਨੂੰ ਪੁੱਛਿਆ ਕਿ ਆਹ ਤੇਰੇ ਕੁੜਤੇ ਤੋਂ ਕੀ ਚੋਰ ਆ, ਹੈ ਨਾ। ਉਸ ਇਨਸਾਨ ਨੂੰ ਇੰਨੀ ਸਮਝ ਆ ਗਈ, ਉਹਨੂੰ ਇਹ ਆਪਣਾ ਪਛਤਾਵਾ ਹੋਇਆ ਕਿ ਮੈਂ ਉਸ ਮਾਈ ਨੂੰ ਬਹੁਤ ਗਲਤ ਵਰਡ ਯੂਜ਼ ਕੀਤੇ ਆ। ਉਹਨੇ ਕੀ ਕੀਤਾ ਕਿ ਵੀ ਉਸ ਰਾਹੀ ਨੂੰ ਕਿਹਾ ਕਿ ਇਹ ਮੇਰੇ ਜ਼ੁਬਾਨ ਦਾ ਰਸ ਚੋਰ ਆ, ਕਿਉਂਕਿ ਉਹਨੇ ਆਪਣੀ ਜ਼ੁਬਾਨ ਤੋਂ ਅਲਫਾਜ਼ ਕੱਢੇ ਸੀ ਨਾ ਉਹ, ਅਤੇ ਫਿਰ ਉਹਨੇ ਇਹ ਨਹੀਂ ਕਿਹਾ ਕਿ ਉਸ ਮਾਈ ਨੇ ਮੇਰੇ ਉੱਤੇ ਸਭ ਕੁਝ ਸੁੱਟਿਆ, ਉਹਨੇ ਕਿਹਾ ਕਿ ਮੇਰੇ ਜ਼ੁਬਾਨ ਦਾ ਰਸ ਚੋਰਿਆ ਆ ਜਿਹੜਾ ਕਿ ਮੈਂ ਕਿਸੇ ਨਾਲ ਸਲੀਕਾ ਕੀਤਾ ਆ। ਸੋ ਜਿਵੇਂ ਦਾ ਤੁਸੀਂ ਸਲੀਕਾ ਕਰੋਗੇ, ਆਪਣੀ ਸਿੱਖਿਆ ਦਾ ਯੂਜ਼ ਕਰੋਗੇ, ਵਰਤੋਂ ਕਰੋਗੇ, ਉਵੇਂ ਦੀ ਹੀ ਤੁਹਾਨੂੰ ਫਲ ਮਿਲਦਾ ਜ਼ਰੂਰ ਹੈ। ਫਿਰ ਗੁਰਬਾਣੀ ਦੇ ਵਿੱਚ ਵੀ ਦੇਖੋ ਲਿਖਿਆ ਹੋਇਆ ਆ ਕਿ ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੂਝੀਏ, ਮੂਰਖ ਨਾਲ ਲੂਝੀਏ। ਗੁਰਬਾਣੀ 'ਚ ਵੀ ਗੁਰੂ ਮਹਾਰਾਜ ਜੀ ਨੇ ਕਿਹਾ ਆ ਕਿ ਕਿਸੇ ਨੂੰ ਕਦੀ ਮੰਦਾ ਨਹੀਂ ਕਹੋ, ਕਦੀ ਆਪਣੀ ਜ਼ੁਬਾਨ ਤੋਂ ਐਂ ਦੇ ਸ਼ਬਦ ਨਹੀਂ ਕੱਢੋ ਜਿਹੜੇ ਕਿ ਦੂਸਰੇ ਨੂੰ ਜਾ ਕੇ ਚੁੱਭਣ ਜਾਂ ਤੁਹਾਡੇ ਕਰਕੇ ਦੂਸਰਾ ਇਨਸਾਨ ਦੁਖੀ ਹੋਏ, ਹੈ ਨਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਇਨਸਾਨ ਤੁਹਾਡੀ ਬਹੁਤ ਇੱਜ਼ਤ ਕਰਦਾ ਆ, ਅਤੇ ਜਦੋਂ ਇੱਜ਼ਤ ਕਰ ਰਹੇ ਉਹਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਬਹੁਤ ਹੀ ਰਿਸਪੈਕਟ ਹੁੰਦੀ ਆ, ਹੈ ਨਾ, ਤੁਹਾਨੂੰ ਸ਼ਾਇਦ ਉਹ ਕਿਤੇ ਦੇ ਕਿਤੇ ਤੱਕ ਦਾ ਅਹੁਦਾ ਜਿਹੜਾ ਆ ਉਹ ਦੇ ਜਾਂਦਾ ਆ। ਪਰ ਜਦੋਂ ਤੁਸੀਂ ਇੱਕਦਮ ਕਿਸੇ ਨੂੰ ਗੁੱਸੇ ਨਾਲ ਬੋਲ ਜਾਂਦੇ ਹੋ ਨਾ, ਤਾਂ ਸ਼ਾਇਦ ਉਸ ਜਿਹੜਾ ਬੰਦਾ ਤੁਹਾਨੂੰ ਰਿਸਪੈਕਟ ਦੇ ਰਿਹਾ ਨਾ, ਉਹ ਚੁੱਪ ਰਹਿੰਦਾ, ਕਿਉਂਕਿ ਉਹ ਫਿਰ ਵੀ ਤੁਹਾਡੀ ਰਿਸਪੈਕਟ ਕਰ ਰਿਹਾ ਹੁੰਦਾ ਆ, ਹੈ ਨਾ, ਪਰ ਉਹ ਅੰਦਰੋਂ ਬਹੁਤ ਦੁਖੀ ਹੁੰਦਾ ਹੈ। ਸੋ ਗੁਰਬਾਣੀ ਦੇ ਅਕੋਰਡਿੰਗ ਸਾਨੂੰ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹ ਹੋਏ, ਬੂਝੇ ਮੂਰਖ ਨਾਲ ਲੂਝੀਏ। ਅੱਗੇ ਗੁਰਬਾਣੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਨਾਨਕ ਫਿੱਕੇ ਬੋਲੀਏ, ਤਨ ਮਨ ਫਿੱਕਾ ਹੋਏ। ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਰੂ ਜੀ ਨੇ ਕਿਹਾ ਕਿ ਮਿੱਠਤ ਤੁਹਾਡੀ ਜ਼ੁਬਾਨ 'ਤੇ, ਜੇ ਤੁਸੀਂ ਕਿਸੇ ਨਾਲ ਆਪਣੇ ਬੜੇ ਮਤਲਬ ਕਿ ਸੁਭਾਅ ਦੇ ਵਿੱਚ ਮਿੱਠਤ ਮਿਠਾਸ ਲੈ ਕੇ ਆਓਗੇ, ਕਿਸੇ ਨਾਲ ਗੱਲ ਕਰੋਗੇ, ਮਤਲਬ ਗੱਲ ਕਰੋਗੇ ਤਰੀਕੇ ਨਾਲ ਕਿ ਹਾਂ ਵੀ ਮਿਠਾਸ ਨਾਲ ਗੱਲ ਕਰੋਗੇ, ਕਈ ਵਾਰੀ ਕੀ ਹੁੰਦਾ ਕਿ ਜਿਹੜੇ ਸਾਡੇ ਵਿਰੋਧੀ ਹੁੰਦੇ ਨਾ ਉਹ ਵੀ ਸਾਡੇ ਨਾਲ ਆ ਜਾਂਦੇ ਕਿ ਹਾਂ ਵੀ ਇਹਦੇ ਬੋਲਣ ਦਾ ਤਰੀਕਾ ਕਿੰਨਾ ਵਧੀਆ ਆ, ਮਿਠਾਸ ਭਰੇ ਵਰਡ ਸਾਨੂੰ ਬੋਲ ਰਿਹਾ ਆ, ਮਿਠਾਸ ਆ ਉਹਦੇ ਲਫਜ਼ਾਂ ਵਿੱਚ, ਮਿਠਾਸ ਆ ਉਹਦੇ ਜੀਵਨ 'ਚ, ਮਿਠਾਸ ਆ, ਹੈ ਨਾ। ਕਈ ਵਾਰੀ ਕੀ ਹੁੰਦਾ ਕਿ ਕਿਤੇ ਨਾ ਬੜਾ ਨੈਗੇਟਿਵਿਟੀ ਵਾਲਾ ਮਾਹੌਲ ਬਣਿਆ ਹੁੰਦਾ, ਅਤੇ ਜਦੋਂ ਕੋਈ ਉਹੋ ਜਿਹਾ ਵਿਅਕਤੀ ਆ ਜਾਂਦਾ ਆ ਜਿਹੜਾ ਕਿ ਸਾਨੂੰ ਮਿਠਾਸ ਭਰੇ ਵਰਡ ਬੋਲ ਦਿੰਦਾ, ਅਤੇ ਉਹ ਨੈਗੇਟਿਵਿਟੀ ਵਿੱਚ ਵੀ ਪੋਜ਼ਿਟਿਵਿਟੀ ਜਿਹੜੀ ਆ ਜਾਂਦੀ ਆ, ਕਿਉਂ? ਕਿਉਂਕਿ ਮਿਠਾਸ 'ਚ ਇੰਨੀ ਤਾਕਤ ਹੁੰਦੀ ਆ ਕਿ ਉਹ ਉਸ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਤਬਦੀਲ ਕਰ ਦਿੰਦੀ ਹੈ। ਸੋ ਹਮੇਸ਼ਾ ਸਾਨੂੰ ਮਿਠਾਸ ਨਾਲ ਹੀ ਕਿਸੇ ਨਾਲ ਬੋਲਣਾ ਚਾਹੀਦਾ। ਬੇਸ਼ੱਕ ਸਾਨੂੰ ਕਦੇ ਗੁੱਸਾ ਹੋਏ, ਪਰ ਸਾਨੂੰ ਅਗਲੇ ਜਿਹੜਾ ਇਨਸਾਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆ, ਤੁਹਾਨੂੰ ਕਈ ਵਾਰੀ ਕੀ ਹੁੰਦਾ ਕਿ ਕੋਈ ਇਨਸਾਨ ਇੰਨਾ ਦੁਖੀ ਹੁੰਦਾ ਕਿ ਉਹ ਤੁਹਾਨੂੰ ਆਪਣੇ ਨਾਲ ਤੁਹਾਡਾ ਦੁੱਖ ਸਾਂਝਾ ਕਰਨਾ ਚਾਹੁੰਦਾ ਆ, ਹੈ ਨਾ। ਸੋ ਹਮੇਸ਼ਾ ਇਵੇਂ ਜ਼ਰੂਰ ਮਿਠਾਸ ਵਿੱਚ ਬੋਲੋ, ਹੈ ਨਾ। ਸੋ ਨਾਨਕ ਫਿੱਕੇ ਬੋਲੀਏ, ਨਾਨਕ ਫਿੱਕੇ ਬੋਲੀਏ, ਤਨ ਮਨ ਫਿੱਕਾ ਹੋਏ। ਗੁਰੂ ਜੀ ਨੇ ਕਿਹਾ ਕਿ ਜੇ ਅਸੀਂ ਫਿੱਕਾ ਬੋਲਾਂਗੇ, ਮਤਲਬ ਗੁੱਸੇ ਨਾਲ ਬੋਲਾਂਗੇ, ਉਹਦੇ ਨਾਲ ਕੀ ਹੁੰਦਾ ਆ, ਦੂਸਰਾ ਬੰਦਾ ਸੋਚੂਗਾ ਕਿ ਹਾਂ ਵੀ ਇਹ ਇਸ ਤਰ੍ਹਾਂ ਬੋਲ ਰਹੇ ਆ, ਕੁਛ ਵੀ ਮੀਨਿੰਗ ਸੋਚ ਕੇ ਉਹ ਪਿੱਛੇ ਹੋ ਜੂਗਾ। ਪਰ ਤਨ ਮਨ ਫਿੱਕਾ ਹੋਏ, ਉਹਦੇ ਨਾਲ ਤੁਹਾਡੇ ਤਨ ਤੁਹਾਡੀ ਸਿਹਤ 'ਤੇ ਵੀ ਨੁਕਸਾਨ ਪਹੁੰਚਦਾ ਆ, ਤੁਹਾਡੇ ਮਨ 'ਤੇ ਵੀ ਨੁਕਸਾਨ ਪਹੁੰਚਦਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣੇ ਆਪ 'ਤੇ ਗੁੱਸਾ ਕਰਦੇ ਹਾਂ, ਸਾਡੇ ਮਨ ਨੂੰ ਪਰੇਸ਼ਾਨੀ ਹੁੰਦੀ ਹੈ, ਸਾਡੇ ਦਿਮਾਗ ਨੂੰ ਪਰੇਸ਼ਾਨੀ ਹੁੰਦੀ ਹੈ, ਅਤੇ ਜਦੋਂ ਅਸੀਂ ਆਪਣੇ ਆਪ 'ਤੇ ਗੁੱਸਾ ਰੋਜ਼ ਸੋਚਦੇ ਹਾਂ, ਅਤੇ ਫਿਰ ਅੰਦਰੋਂ ਹੀ ਸਾਡੇ ਪ੍ਰਤੀ, ਸਾਡੇ ਸਰੀਰਕ ਪ੍ਰਤੀ ਕੋਈ ਨਾ ਕੋਈ
बीमारियां जिहड़ियां उह उत्पन्न हो जांदियां। सो हमेशा सानू मिठास च बोलना चाहिए है, खुश रहना चाहिए है। जीवन दे विच दुख सुख जिहड़े आ आउंदे जांदे रहिंदे ने, हमेशा अपने आप नूं पॉजिटिविटी विच ही रखना चाहिए है। गुरबाणी विच गुरु महाराज जी ने कहा है कि फरीदा जो तै मारन मुकियां, तिना ना मारे घुम, आप नड़ेकर जाइए पैर तिना दे चुम। फरीद जी ने कहा है कि जो तै मारन मुकियां, जदों असी किते जांदे हाँ है ना, कई बार आपां जांदे कि हाँ भी आपां कोई अपना थोड़ा टाइम पास करते हैं, या कभी किसी तो आपां हैल्प मंगते हैं या मदद मंगते हैं, जो कुछ भी तुसी अपने जीवन के अकॉर्डिंग तुसी कोई भी सिचुएशन नू सामना कर रहे हो है ना। फरीद जी ने कहा कि जे उस समय तुहानू कोई जै तै मारन मुकियां, तुहानू कोई मतलब गुस्से हुंदा है जां तुहाडे नाल कोई नाराजगी करता है ना, तिना ना मारे घुम, उन्हों उल्टा जवाब कदी ना दो। कदी नहीं कहो कि हाँ भी तू, कई बार की होंगे कि मैं बहुत सारी जगह देखा कि अगों बहसबाजी होंगी है, चा आप गुस्से नाराजगी दे विच आ जाने है ना। सो गुस्सा नाराजगी नहीं करो, कुछ नहीं बोलो, क्योंकि वो अगला बंदा हो सकता कोई भी सिचुएशन च होए है ना, वो सिचुएशन चो निकल के तुहानू अगर वह दोबारा तुहाडे नाल गलबात करता, इट मीनस कि उन्होंने उस चीज़ पर पछतावा होया, वह गल कर रहा, जो नहीं कर रहा तो तुसी भी अगों कोई रिएक्ट नहीं करना, पिछे हो जाना आ। आप नड़ेकर जाइए पैर दिना दे चुम, अपने दे ही पैर चुमो ताकि तुहानू अपने तो ही सहायता मिले। ठीक है, एक बार की होया कि तुसीं सब जानते हो सिख इतिहास में गुरु अमरदास जी साढ़े सिखां दे तीसरे पातशाह हैं, तीसरे गुरु हैं। गुरु अमरदास जी नूं जदों गुरगद्दी मिली तां गुरु अंगद देव जी दे पुत्तर जिहड़े दातू जी सीगे उह उन्हां तों बहुत ज़्यादा नफरत करदे सीगे गुरु अमरदास जी तों, क्योंकि उन्हां नूं इह सीगी कि मेरे पिता जी गुरु अंगद देव जी ने जिहड़ी गुरगद्दी आ उह गुरु अमरदास जी नूं देती, जबकि उन्हां नूं अपने वंश विच देनी चाहीदी सीगी। सो गुरु अंगद देव जी ने ते अपने अपनी जोत अपनी महानता गुरु अमरदास जी नूं देख के उन्हां नूं गुरगद्दी जिहड़ी सी उह बख्शी सीगी है ना। फिर क्या कि गुरु अमरदास जी तो जिहड़े भाई दातू जी सीगे इन्ना ज़्यादा उन्हां तों सड़दे सीगे कि एक बारी की होया कि गुरु अमरदास जी ने अपने दरबार दे विच लोकां नूं उपदेश दे रहे सीगे, भाई दातू जी नूं इन्नी ज़्यादा उन्हां नाल मतलब कि नफरत हुई कि उन्होंने पिछों जा के पिठ पिछे गुरु अमरदास जी दे लत मार दित्ती। गुरु अमरदास जी जिहड़े सीगे दरबार दे विच ही उस जिहड़ी जगह ते बैठे सी उत्थों नीचे डिग गए। संगतां ने गुरु अमरदास जी नूं उठाया, संगतां चाहुंदियां सी कि आपां भाई दातू जी नूं अगों बोलीए, ते गुरु अमरदास जी ने अपने सिख संगतां नूं कहा कि तुसीं सारे आपो अपनी जगह ते बैठो, ते भाई दातू जी नूं कहा कि तुसीं मेरे पिट ते लत मारी आ, मेरियां ते हड्डियां बहुत ही ज़्यादा मजबूत ने, किते तुहाडी लत नूं कोई ठेस तां नहीं पहुँची। हुण इत्थे सलीका सी उन्हां दा कि उन्होंने भाई दातू जी नूं केड़े वेद विच इक सबक भी सिखाता ते अपनी गल भी उन्हां दे अगे रख दित्ती है ना। सो इसे तरीके नाल उन्होंने भाई दातू जी ने फिर गुरु अमरदास जी दे पैरी पै गया, उन्हां तों माफ़ी मंगी कि हाँ भी मेरे तो बहुत वड्डी गलती हुई आ, ते बाद विच भाई दातू जी गुरु अमरदास जी दे सिख बन गए। महान फिलोसफर सुकरात जिहड़ा कि बहुत ही ज़्यादा महान शख्सियत मनी गई इतिहास दे विच, उन्हां दी जिहड़ी पत्नी सीगी ना वह बहुत ही ज़्यादा जिहड़े सीगे ना हासे मजाक वाले सीगे बट बोले सीगे, ते एक वारी की होया कि जिहड़े वह फिलोसफर सीगे वह बैठे हुए सीगे विचार सोच रहे सी अपने दिमाग दे विच, ते उन्होंने की कीता उन्हां दी पत्नी ने उन्हां दे उत्ते आ के एक पानी दा जिहड़ा मग सीगा उन्हां दे सिर च पा दित्ता। उस टाइम वो फिलोसफर ने अपनी की सलीका यूज़ किया, उन्होंने उस जिहड़ा इंसीडेंट सी उन्हों हासे मजाक दे विच जिहड़ा वो तब्दील करता कि हाँ भी जो गरजते हैं वो कभी कभी बरसते भी हैं है ना। तो सो एक सिचुएशन साढ़े सामने बन जाती है, पर उसनों आप अपने सलीका अपने सिक्ख्या के माध्यम के राही किवें असी उस सिचुएशन नू हैंडल करना आ वह साढ़े आप दे उपर ही निर्भर करता है। सो हमेशा मैं यही कहूँगी कि तुसी किसी नाल भी बोलना सलीके नाल बोलो, अपनी सिक्ख्या जिहड़ी आ उहदी वरतों करो ताकि दूसरे अगे तुहाडी जिहड़ी इज्जत माण आ उह उहदियां नज़रां च डिगे नहीं, हमेशा वह जिहड़ा इज्जत माण आ उह होर उच्चा होए नीवा नहीं होए। ये चीज़ का बहुत ही तरीके नाल अपने आप दे विच इहदा तुहानू सलीका ते सिक्ख्या दे आधार ते ज्ञान होना चाहिए आ।
ਸੋ ਚੰਗੀ ਜ਼ਿੰਦਗੀ ਜੀਣ ਵਾਸਤੇ ਸਾਨੂੰ ਸਲੀਕੇ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ ਹਮੇਸ਼ਾ। ਸਾਨੂੰ ਬੜੇ ਵਧੀਆ ਤਰੀਕੇ ਨੇ, ਜੇ ਸਾਨੂੰ ਗੁੱਸਾ ਵੀ ਹੈ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਸ ਨੂੰ ਕੋਈ ਸਿਚੁਏਸ਼ਨ ਆਉਂਦੀ ਆ ਉਹਨੂੰ ਹੈਂਡਲ ਕਰਨਾ ਚਾਹੀਦਾ ਆ। ਮੈਂ ਇਸ ਤਰ੍ਹਾਂ ਤੁਹਾਨੂੰ ਇੱਕ ਦੱਸਦੀ, ਕਿਉਂਕਿ ਕਈ ਵਾਰੀ ਨਾ ਸਾਡੇ ਅਸੀਂ ਕਈ ਵਾਰੀ ਕਹਿ ਦਿੰਦੇ ਕਿ ਸਾਡੇ 'ਚ ਬਹੁਤ ਈਗੋ ਆ ਜਾਂਦਾ ਆ, ਅਸੀਂ ਕਦੀ ਕਿਸੇ ਦੀ ਹੈਲਪ ਕਰਦੇ ਹਾਂ ਨਾ ਅਤੇ ਉਹਨੂੰ ਬੜੀ ਵਾਰੀ ਸੁਣਾ ਦਿੰਦੇ ਹਾਂ ਕਿ ਮੈਂ ਤੇਰੇ ਨਾਲ, ਇੱਕ ਤਾਂ ਮੈਂ ਵੀ ਹਾਂ, ਮੈਂ ਵੀ ਹੋ ਸਕਦੀ ਹਾਂ ਕਿ ਮੈਂ ਵੀ ਕਿਸੇ ਦੀ ਮਦਦ ਕੀਤੀ ਹੋਏ ਅਤੇ ਮੈਂ ਉਹਨੂੰ ਗੱਲ ਗੱਲ 'ਤੇ ਕਿਹਾ ਕਿ ਹਾਂ ਵੀ ਮੈਂ ਤੇਰੀ ਇੱਥੇ ਹੈਲਪ ਕੀਤੀ ਨਾ, ਮੈਂ ਉੱਥੇ ਹੈਲਪ ਕੀਤੀ ਨਾ। ਸੋ ਇਹ ਚੀਜ਼ ਕਦੀ ਨਹੀਂ ਲੈ ਕੇ ਆਉਣੀ ਚਾਹੀਦੀ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ, ਜੇ ਵੇਖਿਆ ਜਾਏ ਨਾ, ਬਹੁਤ ਸਾਰੀਆਂ ਐਵੇਂ ਦੀਆਂ ਸ਼ਖਸੀਅਤਾਂ ਵੀ ਹਨ ਕਿ ਜਿਨ੍ਹਾਂ ਨੇ ਇਤਿਹਾਸ ਬਣਾਇਆ ਆ। ਉਹਨਾਂ ਵਿੱਚੋਂ ਮੈਂ ਤੁਹਾਨੂੰ ਇੱਕ ਦੱਸਦੀ ਹਾਂ ਕਿ ਵੀ ਇੱਕ ਅਮੀਰ ਵਿਅਕਤੀ ਸੀ, ਕੀ ਹੋਇਆ ਇੱਕ ਵਾਰੀ ਕਿ ਉਸ ਅਮੀਰ ਵਿਅਕਤੀ ਦਾ ਲੜਕਾ ਜਾ ਰਿਹਾ ਸੀਗਾ, ਰਸਤੇ 'ਚ ਉਹਦੀ ਗੱਡੀ ਜਿਹੜੀ ਸੀ ਇੱਕ ਪਿੰਡ ਦੇ ਵਿੱਚ ਟੋਏ ਦੇ ਵਿੱਚ ਵੜ ਗਈ, ਖੁੱਭ ਗਈ, ਹੈ ਨਾ। ਉਹਨੇ ਬੜੀ ਕੋਸ਼ਿਸ਼ ਕੀਤੀ ਕੱਢਣ ਦੀ, ਪਰ ਉਹਦਾ ਜਿਹੜਾ ਗੱਡੀ ਸੀ ਉਹ ਟੋਏ 'ਚੋਂ ਨਹੀਂ ਨਿਕਲੀ। ਉਹਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਮੈਨੂੰ ਕੱਢਾਂ, ਪਸੀਨੋ ਪਸੀਨੀ ਹੋਇਆ, ਪਰ ਨਹੀਂ ਨਿਕਲੀ। ਫਿਰ ਕੀ ਹੋਇਆ ਕਿ ਇੱਕ ਕਿਸਾਨ ਸੀਗਾ, ਉਹ ਆਪਣੇ ਮਤਲਬ ਕਿ ਖੇਤਾਂ ਵਿੱਚੋਂ ਆ ਰਿਹਾ ਸੀਗਾ, ਉਹਨੇ ਕੀ ਕੀਤਾ ਕਿ ਉਸ ਅਮੀਰ ਘਰਾਣੇ ਦੇ ਲੜਕੇ ਦੀ ਮਦਦ ਕੀਤੀ, ਜ਼ੋਰ ਜ਼ੋਰ ਲਾ ਕੇ ਉਹਨਾਂ ਨੇ ਮਤਲਬ ਕਿ ਟੋਏ ਵਿੱਚੋਂ ਉਹ ਗੱਡੀ ਬਾਹਰ ਕੱਢੀ। ਫਿਰ ਕੀ ਹੋਇਆ ਕਿ ਉਹ ਕਿਸਾਨ ਉਸ ਲੜਕੇ ਨੂੰ ਆਪਣੇ ਘਰ ਲੈ ਗਿਆ, ਠੀਕ ਆ। ਫਿਰ ਉਹ ਕਿਸਾਨ ਨੇ ਉਸ ਲੜਕੇ ਦੇ ਪਿਤਾ ਨੂੰ ਫੋਨ ਕਰਕੇ ਘਰ ਆਪਣੇ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਜਾਓ। ਉਹ ਕਿਸਾਨ ਦੇ ਘਰ ਜਦੋਂ ਉਹ ਅਮੀਰ ਲੜਕੇ ਦੇ ਜਿਹੜੇ ਪਿਤਾ ਜੀ ਸੀਗੇ ਉਹ ਆਏ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਸਾਨ ਨੂੰ ਪੈਸੇ ਦੇਣ ਦੀ ਮਤਲਬ ਕਿ ਪੈਸੇ ਦੇਣ ਦਾ ਉਹਨਾਂ ਨੂੰ ਸਮਝੇ ਕਿ ਇਹ ਸਹੀ ਹੈ ਕਿ ਇਸਨੇ ਮੇਰੇ ਲੜਕੇ ਦੀ ਮਦਦ ਕੀਤੀ ਹੈ ਅਤੇ ਮੈਂ ਇਹਨਾਂ ਦੀ ਪੈਸੇ ਨਾਲ ਮਦਦ ਕਰ ਦਿੰਦਾ ਹਾਂ। ਫਿਰ ਉਹ ਕਿਸਾਨ ਨੇ ਅੱਗੋਂ ਉਸ ਮਤਲਬ ਕਿ ਉਹ ਪਿਤਾ ਨੂੰ ਬੋਲਿਆ ਕਿ ਵੀ ਮੈਨੂੰ ਇਸ ਚੀਜ਼ ਦੇ ਕੋਈ ਪੈਸਾ ਨਹੀਂ ਚਾਹੀਦਾ, ਕਿਉਂ, ਕਿਉਂਕਿ ਇਹ ਮੇਰੀ ਫਰਜ਼ ਜ਼ਿੰਮੇਵਾਰੀ ਸੀ, ਮੈਨੂੰ ਲੱਗਿਆ ਕਿ ਇਸ ਨੂੰ ਮੇਰੀ ਲੋੜ ਆ ਅਤੇ ਮੈਂ ਇਸ ਦੀ ਉਹ ਲੋੜ ਪੂਰੀ ਕੀਤੀ ਆ, ਔਰ ਇਸ ਲੋੜ ਦੀ ਇੱਕ ਕੋਈ ਮੁੱਲ ਨਹੀਂ ਹੋ ਸਕਦਾ, ਕਿ ਉਹਨੇ ਇਨਸਾਨੀਅਤ ਦੇ ਨਾਤੇ ਉਹ ਸੇਵਾ ਜਿਹੜੀ ਉਸ ਜਗ੍ਹਾ ਨਿਭਾਈ, ਹੈ ਨਾ। ਫਿਰ ਕੀ ਹੈ ਕਿ ਉਹਨੇ ਦੇਖਿਆ ਉਹ ਅਮੀਰ ਘਰਾਣੇ ਦੇ ਜਿਹੜਾ ਮਤਲਬ ਕਿ ਉਹਦਾ ਪਿਤਾ ਸੀ, ਉਹਨੇ ਦੇਖਿਆ ਕਿ ਵੀ ਇਹਨਾਂ ਦਾ ਘਰ ਬਹੁਤ ਗਰੀਬ ਆ। ਉਸਨੇ ਕੀ ਕੀਤਾ ਕਿ ਉਸ ਕਿਸਾਨ ਦੇ ਮੁੰਡੇ ਦਾ ਸਾਰਾ ਪੜ੍ਹਾਈ ਦਾ ਖਰਚਾ ਜਿੰਨਾ ਸੀਗਾ ਆਪਣੇ ਸਿਰ 'ਤੇ ਚੁੱਕਿਆ, ਉਹਨੂੰ ਪੜ੍ਹਾਇਆ ਲਿਖਾਇਆ, ਉਹਨੂੰ ਡਾਕਟਰ ਬਣਾਇਆ, ਹੈ ਨਾ, ਉਹਨੂੰ ਡਿਗਰੀ ਦਵਾਈ। ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਤੇਰੇ ਲਈ ਇਹ ਕਰ ਰਿਹਾ ਹਾਂ। ਫਿਰ ਕੀ ਹੋਇਆ ਕਿ ਇੱਕ ਦਿਨ ਉਹੀ ਅਮੀਰ ਲੜਕਾ ਜਿਹੜਾ ਸੀਗਾ, ਉਸ ਪਿਤਾ ਦਾ ਜਿਹੜਾ ਪੁੱਤਰ ਸੀਗਾ, ਉਹ ਬਿਮਾਰ ਹੋ ਗਿਆ। ਬਹੁਤ ਸਾਰੇ ਡਾਕਟਰਾਂ ਕੋਲ ਜਾ ਕੇ ਉਹਨਾਂ ਨੇ ਇਲਾਜ ਕਰਾਇਆ, ਡਾਕਟਰੀ ਇਲਾਜ ਕਰਾਇਆ, ਪਰ ਉਹ ਠੀਕ ਨਹੀਂ ਹੋਇਆ ਉਹਦਾ ਰੋਗ, ਸਗੋਂ ਉਹਦਾ ਰੋਗ ਹੋਰ ਵੱਧਦਾ ਗਿਆ। ਫਿਰ ਕੀ ਹੈ ਕਿ ਉਹ ਕਿਸਾਨ ਦੇ ਪੁੱਤਰ ਨੂੰ ਜਦੋਂ ਡਿਗਰੀ ਮਿਲੀ, ਡਾਕਟਰ ਬਣ ਗਿਆ, ਅਤੇ ਉਸਨੇ ਉਸ ਜਿਹੜਾ ਲੜਕਾ ਸੀਗਾ ਉਹਦਾ ਇਲਾਜ ਕਰਨਾ ਸ਼ੁਰੂ ਕਰਤਾ, ਅਤੇ ਉਹ ਲੜਕੇ ਦਾ ਰੋਗ ਖਤਮ ਹੋਣਾ ਸ਼ੁਰੂ ਹੋ ਗਿਆ। ਜਿਹਨੂੰ ਉਹਨੇ ਪੜ੍ਹਾਇਆ ਲਿਖਾਇਆ ਸੀਗਾ, ਡਾਕਟਰ ਬਣਾਇਆ ਸੀਗਾ, ਉਸੇ ਡਾਕਟਰ ਨੇ ਹੀ ਉਸ ਲੜਕੇ ਦਾ ਇਲਾਜ ਕੀਤਾ। ਫਿਰ ਅਤੇ ਉਹ ਜਿਹੜੀ ਮਹਾਨ ਸ਼ਖਸੀਅਤ ਸੀ, ਜਿਹੜਾ ਉਹ ਡਾਕਟਰ ਸੀ, ਉਸਨੇ ਪੈਨਸਲਿਨ ਨਾਮ ਦੀ ਇੱਕ ਦਵਾਈ ਦੀ ਖੋਜ ਕੀਤੀ ਸੀ, ਇਤਿਹਾਸ ਬਣਿਆ, ਹੈ ਨਾ। ਫਿਰ ਉਹ ਲੜਕਾ ਜਿਹੜਾ ਸੀਗਾ, ਉਹ ਉਸਦਾ ਨਾਮ ਜੋ ਸੀਗਾ ਉਹਦਾ ਸੀਗਾ ਵਿੰਸਟਨ ਚਰਚਿਲ, ਜੋ ਕਿ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ। ਸੋ ਸਾਨੂੰ ਹਮੇਸ਼ਾ ਮਤਲਬ ਕਿ ਕਿਸੇ ਦੀ ਮਦਦ ਕਰਨ 'ਤੇ ਉਸਦਾ ਅਹਿਸਾਨ ਨਹੀਂ ਕਰਨਾ ਚਾਹੀਦਾ, ਕੀ ਪਤਾ ਕਿ ਉਹੀ ਇਨਸਾਨ ਇੱਕ ਦਿਨ ਤੁਹਾਡੇ ਕੰਮ ਆ ਜਾਵੇ, ਤੁਹਾਨੂੰ ਉਹਦੀ ਲੋੜ ਪੈ ਜਾਵੇ, ਹੈ ਨਾ। ਸੋ ਇਸ ਜਗ੍ਹਾ ਦੇਖੋ ਕਿ ਉਹ ਸਲੀਕਾ ਸਿੱਖਿਆ ਨੇ ਇੱਕ ਇਤਿਹਾਸ ਬਣਾ ਦਿੱਤਾ, ਹੈ ਨਾ। ਸੋ ਸਾਨੂੰ ਹਮੇਸ਼ਾ ਮਤਲਬ ਕਿ ਇੱਕ ਸਲੀਕੇ 'ਚ ਰਹਿਣਾ ਚਾਹੀਦਾ, ਸਲੀਕੇ ਆਪਣਾ ਇੱਕ ਜ਼ੁਬਾਨ ਦਾ, ਇੱਕ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਨਾ ਕਿ ਇਹ ਜ਼ੁਬਾਨ ਦਾ ਪੱਕਾ ਇਨਸਾਨ ਆ, ਰਹਿਣਾ ਚਾਹੀਦਾ ਆ ਸਾਨੂੰ। ਭਾਵੇਂ ਕੋਈ ਵੀ ਸਿਚੁਏਸ਼ਨ ਆ ਜਾਵੇ, ਕੋਈ ਵੀ ਹਾਲਾਤ ਬਣ ਜਾਵੇ, ਜੋ ਇੱਕ ਵਾਰੀ ਜ਼ੁਬਾਨ ਕਰਤੀ ਉਸ 'ਤੇ ਪੱਕੇ ਰਹੋ। ਕਈ ਵਾਰੀ ਆਪਾਂ ਇੰਗਲਿਸ਼ ਦੀ ਇੱਕ ਕਹਾਵਤ ਤੁਸੀਂ ਸੁਣੀ ਹੋਏਗੀ, ਵਾਟਰ ਐਂਡ ਵਰਡਸ ਈਜ਼ੀ ਟੂ ਫਲੋ ਬਟ ਇੰਪੋਸੀਬਲ ਟੂ ਰੀਕੁਲੈਕਟ, ਪਾਣੀ ਅਤੇ ਤੁਹਾਡੀ ਜ਼ੁਬਾਨ ਦੇ ਸ਼ਬਦ ਜੋ ਇੱਕ ਵਾਰੀ ਨਿਕਲ ਗਏ ਕਦੀ ਤੁਸੀਂ ਉਹਨਾਂ ਨੂੰ ਕੁਲੈਕਟ ਨਹੀਂ ਕਰ ਸਕਦੇ ਹੋ। ਪਾਣੀ ਆ, ਪਾਣੀ ਤੁਸੀਂ ਡੋਲਤਾ ਆ, ਹੈ ਨਾ, ਤੁਸੀਂ ਇਹਨੂੰ ਕਲੀਨ ਕਰ ਸਕਦੇ ਹੋ, ਉਸ ਜਗ੍ਹਾ ਤੋਂ ਉਹਨੂੰ ਹੋਰ ਜਗ੍ਹਾ ਜਾ ਕੇ ਉਹਨੂੰ ਥਰੋ ਕਰ ਸਕਦੇ ਹੋ, ਬਟ ਤੁਸੀਂ ਉਹਨੂੰ ਕਲੀਨ ਕਰਕੇ ਇਹ ਨਹੀਂ ਕਹੋਗੇ ਕਿ ਹਾਂ ਵੀ ਇਹਨੂੰ ਮੈਂ ਇਕੱਠਾ ਕਰ ਲੈਂਦਾ ਹਾਂ, ਫਿਰ ਇਹਨੂੰ ਸਮੋ ਲੈਂਦਾ ਹਾਂ, ਇਸ ਤਰ੍ਹਾਂ ਤਾਂ ਨਹੀਂ ਹੁੰਦਾ ਨਾ।
ਸੋ ਸੇਮ ਸਾਡੀ ਜ਼ੁਬਾਨ ਦੇ ਵਰਡਸ ਹੁੰਦੇ ਆ ਜੋ ਅਸੀਂ ਇੱਕ ਵਾਰੀ ਬੋਲਤੇ ਆ ਉਹ ਦੁਬਾਰਾ ਵਾਪਸ ਨਹੀਂ ਆ ਸਕਦੇ ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਸੀਂ ਹਮੇਸ਼ਾ ਆਪਣਾ ਇੱਕ ਸਟੈਂਡਰਡ ਬਣਾ ਕੇ ਰੱਖੋ ਕਈ ਵਾਰੀ ਅਸੀਂ ਕਹਿੰਦੇ ਕਿ ਸਾਡਾ ਇੱਕ ਬਹੁਤ ਵਧੀਆ ਸਟੈਂਡਰਡ ਆ ਪਰ ਉਹ ਸਟੈਂਡਰਡ ਹੁੰਦਾ ਨਹੀਂ ਆ ਸੋ ਸਟੈਂਡਰਡ ਆਪਣਾ ਬਣਾ ਕੇ ਰੱਖੋ ਤਾਂ ਕਿ ਜ਼ਿੰਦਗੀ 'ਚ ਹਮੇਸ਼ਾ ਜੇ ਤੁਹਾਡੇ ਪ੍ਰਤੀ ਕਿਸੇ ਦੀ ਨਜ਼ਰਾਂ 'ਚ ਇੱਜ਼ਤ ਆ ਨਾ ਉਹ ਥੱਲੇ ਨੂੰ ਨਹੀਂ ਜਾਏ ਉੱਪਰ ਨੂੰ ਜਾਏ ਅਤੇ ਇੱਕ ਦਿਨ ਉਹੀ ਇੱਜ਼ਤ ਮਾਨ ਤੁਹਾਡਾ ਇਤਿਹਾਸ ਬਣਦਾ ਆ ਗੁਰਬਾਣੀ ਵਿੱਚ ਵੀ ਲਿਖਿਆ ਹੈ ਅਕਲੀ ਸਾਹਿਬ ਸੇਵੀਏ ਅਕਲੀ ਪਾਏ ਮਾਨ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਜੇ ਦਾਨ ਤੁਹਾਡੀ ਅਕਲ ਹੀ ਹੈ ਜੋ ਤੁਹਾਨੂੰ ਹਰ ਪ੍ਰਤੀ ਹਰ ਦਿਨ ਬ ਦਿਨ ਹਰ ਸਮੇਂ ਤੋਂ ਸਮੇਂ ਹਰ ਪਲ ਤੋਂ ਪਲ ਤੁਹਾਡੇ ਅੰਦਰ ਤੁਹਾਡੇ ਜੀਵਨ ਦਾ ਮਾਧਿਅਮ ਨੂੰ ਉੱਚਾ ਚੁੱਕਦੀ ਆ ਤੁਹਾਡੀ ਅਕਲ ਹੀ ਆ ਕਿ ਤੁਸੀਂ ਉਹਨੂੰ ਸਹੀ ਪਾਸੇ ਵੱਲ ਵਰਤਣਾ ਆ ਕਿ ਤੁਸੀਂ ਗਲਤ ਪਾਸੇ ਵੱਲ ਵਰਤਣਾ ਆ ਸੋ ਹਮੇਸ਼ਾ ਤੁਹਾਡੇ ਹੱਥ ਵੱਸ ਹੀ ਹੈ ਹਰ ਚੀਜ਼ ਕਿ ਤੁਸੀਂ ਉਸ ਨੂੰ ਸਮੇਟਣਾ ਆ ਕਿ ਉਸ ਨੂੰ ਖਿਲਾਰਨਾ ਆ ਸੋ ਹਮੇਸ਼ਾ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰੂੰਗੀ ਕਿ ਤੁਸੀਂ ਆਪਣੀ ਜ਼ੁਬਾਨ ਤੋਂ ਅਗਰ ਤੁਹਾਨੂੰ ਕਦੀ ਮਤਲਬ ਕਿ ਸਾਡੇ ਸਾਹਮਣੇ ਕਈ ਵਾਰੀ ਬਹੁਤ ਸਾਰੀਆਂ ਸਿਚੁਏਸ਼ਨਸ ਹੁੰਦੀਆਂ ਨੇ ਕਿ ਸਾਨੂੰ ਗੁੱਸਾ ਆਉਂਦਾ ਆ ਸਾਡੀ ਨਾਰਾਜ਼ਗੀ ਹੁੰਦੀ ਆ ਹੈ ਨਾ ਕਈ ਵਾਰੀ ਅਸੀਂ ਮਤਲਬ ਕਿ ਬਹੁਤ ਗਲਤ ਸ਼ਬਦ ਦਾ ਵੀ ਪ੍ਰਯੋਗ ਕਰ ਜਾਂਦੇ ਹਾਂ ਪਰ ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਨਾਲ ਵਧੀਆ ਤਰੀਕੇ ਨਾਲ ਬੋਲੋ ਵਧੀਆ ਤਰੀਕੇ ਨਾਲ ਰਹੋ ਆਪਣੀ ਇੱਜ਼ਤ ਮਾਨ ਹਮੇਸ਼ਾ ਬਰਕਰਾਰ ਰੱਖੋ ਜੀ ਕਿਉਂਕਿ ਆਪਾਂ ਹਮੇਸ਼ਾ ਕਿਸੇ ਨੂੰ ਇੱਜ਼ਤ ਕਿਉਂ ਦਿੰਦੇ ਹਾਂ ਕਿ ਸਾਨੂੰ ਵੀ ਇੱਜ਼ਤ ਮਾਨ ਵਾਪਸ ਮਿਲੇ ਹੈ ਨਾ ਸੋ ਹਮੇਸ਼ਾ ਹਰ ਇੱਕ ਦੀ ਇੱਜ਼ਤ ਕਰੋ ਹਰ ਇੱਕ ਨਾਲ ਪਿਆਰ ਨਾਲ ਬੋਲੋ ਪਿਆਰ ਨਾਲ ਰਹੋ ਹੈ ਨਾ ਇਹ ਜੀਵਨ ਆ ਜੀਵਨ ਇੱਕ ਵਾਰੀ ਮਿਲ ਗਿਆ ਦੁਬਾਰਾ ਨਹੀਂ ਮਿਲਣਾ ਸਾਨੂੰ 84 ਲੱਖ ਜੂਨਾਂ ਦਾ ਗੇੜ ਪੂਰਾ ਕਰਕੇ ਮਿਲਣਾ ਆ ਸੋ ਹਮੇਸ਼ਾ ਖੁਸ਼ ਰਹੋ ਪੋਜ਼ਿਟਿਵ ਰਹੋ ਦੁੱਖ ਸੁੱਖ ਜ਼ਿੰਦਗੀ ਦੇ ਪਹਿਲੂ ਨੇ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਇਹ ਸੀ ਮੇਰਾ ਅੱਜ ਦਾ ਵਿਸ਼ਾ ਸਲੀਕਾ ਅਤੇ ਸਿੱਖਿਆ ਤੁਹਾਨੂੰ ਇਹ ਮੇਰਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਮੈਨੂੰ ਜ਼ਰੂਰ ਕਮੈਂਟ ਬਾਕਸ ਇਨਬੋਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਅਤੇ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਮੇਰੇ ਨਾ ਫੇਸਬੁੱਕ ID 'ਤੇ ਗੁਰਮਨ ਕੌਰ ਦਾ ਮੈਸੇਜ ਆਇਆ ਸੀਗਾ ਅਤੇ ਮੈਂ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਲੀਜ਼ ਮੈਨੂੰ ਕਾਲ ਕਰਨਾ ਕਿਉਂਕਿ ਮੇਰੇ ਕੋਲ ਤੁਹਾਡਾ ਨੰਬਰ ਜਿਹੜਾ ਆ ਉਹ ਮਿਸ ਆਊਟ ਹੋ ਗਿਆ ਆ ਐਂਡ ਮੈਂ ਤੁਹਾਨੂੰ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਮੇਰਾ ਪ੍ਰੋਗਰਾਮ ਬਹੁਤ ਬਹੁਤ ਲਾਈਕ ਕਰ ਰਹੇ ਹੋ ਔਰ ਸਾਰੇ ਦਰਸ਼ਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਜੋ ਕਿ ਮਹਿਫਿਲ TV ਚੈਨਲ 'ਤੇ ਪ੍ਰਸਾਰਿਤ ਹੁੰਦਾ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਜੀ ਮੈਨੂੰ ਫੇਸਬੁੱਕ ID 'ਤੇ ਵੀ ਮੇਰੀ ਜਿਹੜੀ ਅਮਨਦੀਪ ਹੰਸ ਤੋਂ ID ਹੈ ਬਹੁਤ ਸਾਰਾ ਆਪ ਜੀ ਦਾ ਪਿਆਰ ਮਿਲਦਾ ਆ ਉਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਜੇਕਰ ਤੁਹਾਨੂੰ ਪ੍ਰੋਗਰਾਮ ਦੇ ਪ੍ਰਤੀ ਕੋਈ ਗਲਤੀ ਨਜ਼ਰ ਆਏ ਜਾਂ ਤੁਹਾਨੂੰ ਲੱਗਾ ਕਿ ਮੈਂ ਕੁਛ ਗਲਤ ਬੋਲ ਗਈ ਹਾਂ ਜਾਂ ਮੇਰਾ ਤੁਸੀਂ ਕੋਈ ਸੁਝਾਵ ਦੇਣਾ ਆ ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ ਹੈ ਜੀ 416-846-9260 ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ ਮੈਨੂੰ ਵਟਸਐਪ ਕੰਟੈਕਟ ਵੀ ਕਰ ਸਕਦੇ ਹੋ ਅਗਰ ਤੁਸੀਂ ਕੈਨੇਡਾ ਤੋਂ ਬਾਹਰ ਇੰਡੀਆ ਹੋ ਜਾਂ ਮਲੇਸ਼ੀਆ ਹੋ ਜਾਂ ਆਸਟ੍ਰੇਲੀਆ ਕਿਉਂਕਿ ਬਹੁਤ ਸਾਰੇ ਮੇਰੇ ਦਰਸ਼ਕ ਮੇਰੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਦਰਸ਼ਕ ਨੇ ਉਹ ਜ਼ਿਆਦਾਤਰ ਇੰਡੀਆ ਔਰ ਮਲੇਸ਼ੀਆ 'ਚ ਹਨ ਅਤੇ ਜੇ ਤੁਸੀਂ ਮੈਨੂੰ ਕਾਲ ਕਰਨੀ ਹੋ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ ਕਿਸੇ ਟਾਈਮ ਵੀ ਕਰ ਸਕਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੋ ਸੋ ਅੱਜ ਦਾ ਮੈਂ ਇਹ ਵਿਸ਼ਾ ਜਿਹੜਾ ਇੱਥੇ ਮੇਰਾ ਸਮਾਪਤ ਹੁੰਦਾ ਹੈ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਫਿਰ ਕੋਈ ਨਵਾਂ ਜਿਹੜਾ ਵਿਸ਼ਾ ਆ ਉਹ ਲੈ ਕੇ ਹਾਜ਼ਰ ਹੋਵਾਂਗੀ ਜੀ ਅਤੇ ਇੱਕ ਮੈਨੂੰ ਮਤਲਬ ਕਿ ਸੁਝਾਅ ਆਇਆ ਸੀਗਾ ਕਿ ਮੈਂ ਹਰ ਪ੍ਰੋਗਰਾਮ ਦੇ ਕਿਉਂਕਿ ਲਾਸਟ ਟਾਈਮ ਮੈਂ ਸ਼ਬਦ ਗਾਇਨ ਕੀਤਾ ਸੀਗਾ ਸਥਾਈ ਅੰਤਰਾ ਅਤੇ ਮੈਨੂੰ ਉਹ ਇੱਕ ਮਤਲਬ ਸੁਝਾਅ ਆਇਆ ਸੀਗਾ ਕਿ ਮੈਂ ਹਰ ਪ੍ਰੋਗਰਾਮ ਦੇ ਵਿੱਚ ਕੋਈ ਇੱਕ ਸ਼ਬਦ ਗੁਰਬਾਣੀ ਵਿੱਚੋਂ ਲੈ ਕੇ ਉਸਦਾ ਸਥਾਈ ਅੰਤਰਾ ਜ਼ਰੂਰ ਗਾਇਨ ਕਰਾਂ ਸੋ ਮੈਂ ਅੱਜ ਫਿਰ ਇੱਕ ਸਥਾਈ ਅੰਤਰਾ ਸ਼ਬਦ ਦਾ ਗਾਇਨ ਕਰਕੇ ਆਪ ਜੀ ਤੋਂ ਇਜਾਜ਼ਤ ਲਵਾਂਗੀ ਜੀ ਸੋ ਅੱਜ ਉਹ ਸ਼ਬਦ ਹੁਣ ਸਰਵਣ ਕਰਦੇ ਹਾਂ ਜੀ ਅੱਜ ਮੈਂ ਜਿਹੜਾ ਸ਼ਬਦ ਦਾ ਸਥਾਈ ਅੰਤਰਾ ਗਾਇਨ ਕਰ ਰਹੀ ਹਾਂ ਜੀ ਉਹ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕੇ ਹਾ ਕਾੜਾ ਜੀਓ ਤੂੰ ਮੇਰਾ ਪਿਤਾ ਮੇਰਾ ਮਾਤਾ ਤੂੰ
तू मेरा प्राता। सो आप जी ने प्रोग्राम किवें दा लग्या जरूर दसना जी। हुण मैं इस प्रोग्राम तो इजाजत लेंदी हाँ जी, फिर अगले हफ्ते तुहाडे लई नवा प्रोग्राम नवा विशा लै के हाजिर होवांगी जी। महफिल टीवी ते प्रोग्राम लै के रबाब तो नगारे तक दा सफर। तद तक लई अपनी होस्ट अमनदीप कौर हंस नूं इजाजत दिओ जी। वाहिगुरू जी का खालसा, वाहिगुरू जी की फतेह।